ਸਤਿ ਸ਼੍ਰੀ ਅਕਾਲ, ਸਵਾਗਤ ਹੈ ਸਾਰੇ ਹੀ ਦਰਸ਼ਕਾਂ ਦਾ। ਜੋ ਗੁਰੂ ਬਾਬਾ ਰਾਮਦੇਵ ਦੀ ਇੱਕ ਵੀਡੀਓ ਵਾਇਰਲ ਹੋਈ ਹੈ, ਬਾਬਾ ਰਾਮਦੇਵ ਦੇ ਵੱਲੋਂ ਵਿਵਾਦਤ ਬਿਆਨ ਦਿੱਤਾ ਗਿਆ, ਇਸ ਬਿਆਨ ਨੂੰ ਲੈ ਕੇ ਮੁਸਲਮਾਨ ਭਾਈਚਾਰੇ ਦੇ ਵਿੱਚ ਰੋਸ ਜ਼ਰੂਰ ਹੈ, ਕਿਉਂਕਿ ਬਾਬਾ ਰਾਮਦੇਵ ਦਾ ਬਿਆਨ ਅਜਿਹਾ ਬਿਆਨ ਹੈ ਜਿਸ ਨੂੰ ਲੈ ਕੇ ਹੁਣ ਲਗਾਤਾਰ ਇਸ ਦੇ ਉੱਤੇ ਗੱਲਬਾਤ ਕਰਨ ਦੀ ਕੋਸ਼ਿਸ਼ ਵੀ ਕਰਾਂਗੇ। ਪਰ ਪਹਿਲਾਂ ਰਾਮਦੇਵ ਦਾ ਬਿਆਨ ਦੱਸਦੇ ਹਾਂ ਕੀ ਆ। ਯੋਗ ਗੁਰੂ ਜੋ ਬਾਬਾ ਰਾਮਦੇਵ ਨੇ ਇੱਕ ਧਾਰਮਿਕ ਸਮਾਗਮ ਦੇ ਵਿੱਚ ਪਹੁੰਚੇ ਸੀ, ਜਿੱਥੇ ਉਹਨਾਂ ਨੇ ਵਿਵਾਦਿਤ ਬਿਆਨ ਦਿੱਤਾ। ਉਹਨਾਂ ਦਾ ਕਹਿਣਾ ਹੈ ਕਿ ਮੁਸਲਮਾਨ ਸਾਡੇ ਹੀ ਪੂਰਵਜਾਂ ਦੀ ਔਲਾਦ ਨੇ, ਇਹ ਬਿਆਨ ਬਾਬਾ ਰਾਮਦੇਵ ਦਾ ਆਇਆ। ਬਾਬਾ ਰਾਮਦੇਵ ਨੇ ਕਿਹਾ ਹੈ ਕਿ ਉਹ ਮੰਨਣ ਜਾਂ ਨਾ ਮੰਨਣ, ਹੁਣ ਬੇਸ਼ੱਕ ਉਹਨਾਂ ਦੀ ਪੂਜਾ ਬਦਲੀ ਹੈ, ਪਰ ਉਹ ਸਾਡੇ ਪੂਰਵਜਾਂ ਦੀ ਔਲਾਦ ਨੇ। ਕਹਿੰਦੇ ਕਿ ਜੇਕਰ ਕੋਈ ਜ਼ਿਆਦਾ ਪੁੱਛ ਪੜਤਾਲ ਤੁਹਾਡੇ ਤੋਂ ਕਰਦਾ ਹੈ ਤਾਂ ਮੁਸਲਮਾਨਾਂ ਨੂੰ ਕਹੋ ਕਿ ਆਪਣੇ ਪੂਰਵਜਾਂ ਬਾਰੇ ਪਤਾ ਕਰਨ। ਸੋ ਅਜਿਹਾ ਬਿਆਨ ਬਾਬਾ ਰਾਮਦੇਵ ਦਾ ਆਇਆ। ਬਾਬਾ ਰਾਮਦੇਵ ਨੇ ਇੱਕ ਵਾਰ ਫਿਰ ਵਿਵਾਦਿਤ ਬਿਆਨ ਦਿੱਤਾ। ਬਾਬਾ ਰਾਮਦੇਵ ਨੇ ਸਿੱਧੇ ਤੌਰ ਦੇ ਉੱਤੇ ਗੱਲ ਕਹੀ ਹੈ ਕਿ ਮੁਸਲਮਾਨ ਹਿੰਦੂਆਂ ਦੇ ਪੂਰਵਜਾਂ ਦੀ ਔਲਾਦ ਨੇ। ਉਹਨਾਂ ਦਾ ਕਹਿਣਾ ਹੈ ਕਿ ਹਿੰਦੂਆਂ ਅਤੇ ਮੁਸਲਮਾਨਾਂ ਦਾ ਖੂਨ ਇੱਕੋ ਹੈ, ਸਾਡੇ ਪੂਰਵਜਾਂ ਦਾ ਖੂਨ ਹੈ ਇਹੋ। ਸੋ ਇਹ ਬਿਆਨ ਜਿਹੜਾ ਇਹ ਬਾਬਾ ਰਾਮਦੇਵ ਦਾ ਸਾਹਮਣੇ ਆਇਆ। ਬਾਬਾ ਰਾਮਦੇਵ ਦੇ ਵੱਲੋਂ ਇੱਕ ਧਾਰਮਿਕ ਸਮਾਗਮ ਦੇ ਦਰਮਿਆਨ ਸਟੇਜ ਦੇ ਉੱਤੋਂ ਅਜਿਹਾ ਬਿਆਨ ਦਿੱਤਾ ਗਿਆ। ਜਿਹੜੀ ਗੱਲਬਾਤ ਬਾਬਾ ਰਾਮਦੇਵ ਨੇ ਸਟੇਜ ਦੇ ਉੱਤੋਂ ਕੀਤੀ ਹੈ, ਸਟੇਜ ਦੇ ਉੱਤੋਂ ਜਿਹੜੀ ਟਿੱਪਣੀ ਬਾਬਾ ਰਾਮਦੇਵ ਦੀ ਰਹੀ ਹੈ, ਇਹ ਬਹੁਤ ਵਿਵਾਦਿਤ ਹੈ, ਕਿਉਂਕਿ ਬਾਬਾ ਰਾਮਦੇਵ ਨੇ ਸਿੱਧੇ ਤੌਰ ਦੇ ਉੱਤੇ ਮੁਸਲਮਾਨ ਭਾਈਚਾਰੇ ਨੂੰ ਟਿੱਪਣੀ ਦੇ ਵਿੱਚ ਨਿਸ਼ਾਨੇ 'ਤੇ ਲਿਆ। ਉਹਨਾਂ ਦਾ ਕਹਿਣਾ ਹੈ ਕਿ ਮੁਸਲਮਾਨ ਜਿਹੜੇ ਨੇ ਸਾਡੇ ਹੀ ਪੂਰਵਜਾਂ ਦੀ ਔਲਾਦ ਨੇ। ਅਜਿਹਾ ਬਿਆਨ ਬਾਬਾ ਰਾਮਦੇਵ ਦੇ ਵੱਲੋਂ ਆਇਆ। ਕੀ ਕੁਝ ਬਾਬਾ ਰਾਮਦੇਵ ਨੇ ਇਸ ਸਟੇਜ ਦੇ ਉੱਤੋਂ ਕਿਹਾ ਹੈ ਉਹ ਪਹਿਲਾਂ ਤੁਹਾਨੂੰ ਸੁਣਾਉਂਦੇ ਹਾਂ। उनकी पूजा अलग हो सकती है लेकिन पूर्व अलग नहीं हो सकते। लगातार कई बाबियां ते बोलो जेहे बयान दिते जा रहे ने। बेशक एक पासे ਉਹ ਬਾਬਾ ਵੀ ਹੈ ਜਿਹੜਾ ਲਗਾਤਾਰ ਕਹਿ ਰਿਹਾ ਕਿ ਤੁਸੀਂ ਮੇਰਾ ਸਾਥ ਦਿਓ, ਮੈਂ ਤੁਹਾਨੂੰ ਹਿੰਦੂ ਰਾਸ਼ਟਰ ਦਿਆਂਗਾ। ਪਰ ਦੂਜੇ ਪਾਸੇ ਅਜਿਹੇ ਦੌਰ ਦੇ ਵਿੱਚ, ਅਜਿਹੇ ਮਾਹੌਲ ਦੇ ਵਿੱਚ ਹੁਣ ਬਾਬਾ ਰਾਮਦੇਵ ਦਾ ਬਿਆਨ ਆਉਣਾ ਕਿਤੇ ਨਾ ਕਿਤੇ ਵਿਵਾਦਿਤ ਹੈ, ਕਿਉਂਕਿ ਬਾਬਾ ਰਾਮਦੇਵ ਨੇ ਜੋ ਬਿਆਨ ਵਰਤਿਆ ਹੈ ਇਸ ਨੂੰ ਲੈ ਕੇ ਹੁਣ ਰੋਸ ਜ਼ਰੂਰ ਹੈ, ਕਿਉਂਕਿ ਲਗਾਤਾਰ ਉਹਨਾਂ ਦੇ ਵੱਲੋਂ ਜੋ ਬਿਆਨ ਆਇਆ ਇਹ ਬਹੁਤ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।